ਜਾ ਰਹੇ ਹਾਂ ਕੀ ਹਾਲ ਚਾਲ ਅਸੀਂ ਅੱਜ ਚੱਲੇ ਹਾਂ ਸ਼ਿਮਲੇ ਨੂੰ ਟ੍ਰੈਫਿਕ ਬਹੁਤ ਜ਼ਿਆਦਾ ਇੱਕ ਮਿੰਟ ਬੋਲਣਾ ਬਹੁਤ ਔਖਾ ਅਸੀਂ ਸਵੇਰੇ ਚੱਲੇ ਸੀ ਲੁਧਿਆਣੇ ਤੋਂ 6 ਵਜੇ ਅਤੇ ਹੁਣ ਇਸ ਟਾਈਮ 7 ਵਜ ਚੁੱਕੇ ਨੇ ਸੁਣਦਾ ਨਹੀਂ ਮੈਨੂੰ ਕੁਛ ਵੀ ਅਤੇ ਅਸੀਂ ਇੱਥੇ ਦੇਖੋ ਹੁਣ ਸਰਹੰਦ ਪਹੁੰਚਣ ਲੱਗੇ ਹਾਂ ਇੱਥੇ ਲਿਖਿਆ ਹੋਣਾ ਸ਼ਾਇਦ ਹਾਂ ਸਰਹੰਦ 8 ਕਿਲੋਮੀਟਰ ਰਹਿ ਗਿਆ ਇੱਥੋਂ ਅਸੀਂ ਗੋਬਿੰਦਗੜ੍ਹ ਕੋਲ ਖੜ੍ਹੇ ਹਾਂ ਅਤੇ ਅਸੀਂ ਪਹੁੰਚ ਕੇ ਰਸਤੇ 'ਚ ਤੁਹਾਨੂੰ ਮਿਲਦੇ ਹਾਂ ਬ੍ਰੇਕਫਾਸਟ ਵੀ ਕਰਾਂਗੇ ਕਿਉਂਕਿ ਅਸੀਂ ਸਵੇਰੇ ਕੁਛ ਖਾ ਕੇ ਨਹੀਂ ਆਏ ਦਿਲ ਨਹੀਂ ਸੀ ਕਰਦਾ ਹੁਣ ਰਸਤੇ 'ਚ ਖਾਵਾਂਗੇ ਠੀਕ ਹੈ ਓਕੇ ਮਿਲਦੇ ਹਾਂ ਰਸਤੇ ਅਸੀਂ ਹੁਣ ਪਹੁੰਚੇ ਹਾਂ ਰੋਇਲ ਦਾਵਤ ਸਵੇਰ ਦਾ ਟਾਈਮ ਹੋ ਗਿਆ ਸ਼ਾਇਦ 8 ਵਜ ਗਏ ਨੇ ਸਾਨੂੰ ਲੱਗੀ ਆ ਭੁੱਖ ਅਸੀਂ ਪਹੁੰਚੇ ਇੱਥੇ ਖਾਣਾ ਖਾਣ ਮੈਡਮ ਜੀ ਨੂੰ ਬਹੁਤ ਭੁੱਖ ਲੱਗੀ ਹੋਈ ਆ ਗੁਰਦੁਆਰੇ ਨੂੰ चलो जी खाना खा लिए फिर करते हैं गल जीरकपुर तो इधर शिमले वाली रोड पे है दूसरा टोल प्लाजा है ਅਸੀਂ ਹੁਣ ਹਿਮਾਚਲ ਐਂਟਰ ਕਰ ਗਏ ਹਾਂ ਅਤੇ ਇੱਥੋਂ ਪਹਾੜ ਸ਼ੁਰੂ ਹੋ ਗਏ ਨੇ ਆ ਜਾਓ ਤੁਸੀਂ ਵੀ ਸਾਡੇ ਨਾਲ ਇੰਜੋਏ ਕਰੋ ਹੁਣ ਮੈਂ ਤੁਹਾਨੂੰ ਕੁਛ ਦੱਸੂਗੀ ਅਸੀਂ ਰਸਤੇ ਜਾਂ ਬਹੁਤ ਇੰਜੋਏ ਕਰ ਰਹੇ ਹਾਂ ਅਤੇ ਰਸਤਾ ਬਹੁਤ ਅੱਛਾ ਬਾਕੀ ਤੁਹਾਨੂੰ ਅਪਡੇਟ ਬਾਕੀ ਦੀ ਦੇਣਗੇ ਹੁਣ ਲੱਗੀ ਆਈ ਭੁੱਖ ਐਕਚੁਲੀ ਜਿੱਥੇ ਅਸੀਂ ਜੀਰਕਪੁਰ ਰੁਕੇ ਸੀ ਨਾ ਉਹ ਢਾਬਾ ਤੁਹਾਨੂੰ ਦਿਖਾਇਆ ਸੀ ਰੈਸਟੋਰੈਂਟ ਸੀਗਾ ਸ਼ਾਇਦ ਅਸੀਂ ਫਿਰ ਉੱਥੇ ਕੁਛ ਖਾਧਾ ਨਹੀਂ ਮਾਂਝਿਆ ਨਹੀਂ ਕੀਤਾ ਅਸੀਂ ਸਾਨੂੰ ਆਏ ਸੀ ਵੀ ਅਸੀਂ ਕਿਤੇ ਵਧੀਆ ਖੁੱਲ੍ਹੀ ਜਗ੍ਹਾ 'ਤੇ ਦੇਖੀ ਉਹ ਅੰਦਰ ਅੰਦਰ ਬੰਦ ਸੀਗਾ ਫਿਰ ਅਸੀਂ ਉੱਥੋਂ ਵਾਪਸ ਆ ਗਏ ਹੁਣ ਅਸੀਂ ਇੱਥੇ ਰੁਕੇ ਹਾਂ ਹਿਮਾਚਲ ਆ ਗਏ ਹਿਮਾਚਲ 'ਚ ਆਹ ਹੈਗੇ ਨੇ ਰੈਸਟੋਰੈਂਟ ਦੋ ਇੱਕ ਪੰਜਾਬੀ ਢਾਬਾ ਵੀ ਹੈਗਾ ਅਤੇ ਲੋਕੇਸ਼ਨ ਬਹੁਤ ਸੋਹਣੀ ਹੈ ਇੱਥੇ ਕਿਊਟ ਜਿਹੇ ਡੌਗੀ ਆ ਗਏ ਹੈਲੋ ਟਮੀ ਓਏ ਕਿੰਨੇ ਕਿਊਟ ਨੇ ਨਾ ਸਾਰੇ ਇਹ ਵੀ ਵਿਚਾਰੇ ਇਹਨਾਂ ਨੂੰ ਕੋਈ ਨਾ ਕੋਈ ਆ ਕੇ ਪਾ ਦਿੰਦਾ ਖੁਸ਼ ਹੋ ਜਾਂਦੇ ਨੇ ਹਾਂ ਲੁਧਿਆਣੇ ਦੇ ਬਿਸਕਿਟ ਨੇ ਜਿਹੜੇ ਮਿੱਠੇ ਇਹਨਾਂ ਨੂੰ ਮਿਲਣੇ ਮਿੱਠੂ ਦੇ ਰਹੀ ਹੈ ਖਾਓ ਇਹ ਤੁਹਾਡੇ ਹਿੱਸੇ ਦੇ ਹੀ ਸੀਗੇ ਲੋਕੇਸ਼ਨ ਬਹੁਤ ਸੋਹਣੀ ਹੈ ਇੱਥੇ ਦੀ ਇੱਥੇ ਨਾ ਆਹ ਢਾਬਾ ਅਸੀਂ ਇੱਥੇ ਆਏ ਹਾਂ ਨਾ ਆਹ ਤਾਂ ਮੇਨ ਰੋਡ ਤੁਹਾਨੂੰ ਪਹਿਲਾਂ ਉੱਥੇ ਦਿਖਾਈ ਸੀ ਇੱਥੇ ਡੌਗੀ ਸੀਗੇ ਜਿਹੜੇ ਆਹ ਜਗ੍ਹਾ 'ਤੇ ਆ ਕੇ ਨਾ ਉਹ ਸਾਹਮਣੇ ਨਾ ਆਹ ਜਗ੍ਹਾ 'ਤੇ ਇੱਕ ਝਰਨਾ ਵਹਿ ਰਿਹਾ ਉਹਦੀ ਆਵਾਜ਼ ਆ ਰਹੀ ਹੈ ਪਾਣੀ ਦੀ ਇੱਥੇ ਰਸਤਾ ਵੀ ਹੈਗਾ ਜਾਣ ਨੂੰ ਦੇਖਦੇ ਹਾਂ ਟਰਾਈ ਕਰਦੇ ਹਾਂ ਉੱਧਰ ਜਾਣ ਦੀ ਆਹ ਦੇਖੋ ਸ਼ਾਇਦ ਡਿੱਗਦਾ ਹੋਣਾ ਪਾਣੀ ਕਾਫੀ ਤੇਜ਼ ਲੱਗ ਰਿਹਾ ਟਰਾਈ ਕਰਦੇ ਹਾਂ ਜਾਣ ਦੀ ਹੈਲੋ ਡੌਗੀ ਹੈਲੋ ਲਓ ਜੀ ਸਾਡਾ ਬ੍ਰੇਕਫਾਸਟ ਆ ਕੇ ਰੈਡੀ ਹੈ ਆ ਦੇਖੋ ਮੈਨੂੰ ਕਿਵੇਂ ਲੱਗਿਆ ਬਹੁਤ ਅੱਛਾ ਤੁਸੀਂ ਲੇਟ ਹੋ ਅਸੀਂ ਤਾਂ ਸਟਾਰਟ ਵੀ ਕਰਤਾ ਬਸ ਮੈਂ ਵੀ ਖਾਣੀ ਆ ਆਈ ਅਮਿੱਤੂ ਨੂੰ ਵਿਚਾਰੀ ਇਹਦੇ ਨਾਲ ਭਟੂਰੇ ਮੁੱਕ ਗਏ ਸਾਰਿਆਂ ਦੀ ਖਤਮ ਨੇ ਆਪਣੀ ਪਲੇਟ ਦਿਖਾਓ ਪਹਿਲਾਂ ਗਾਇਸ ਸੀ ਦ ਪਲੇਟ
ਗੁਰਕਮਲ ਤੁਸੀਂ ਆ ਰਿਹਾ ਜਮਨੀ ਤਿੰਨ ਖਾਊਗੀ ਅਜੇ ਤਿੰਨ ਖਾਣੇ ਨੇ ਆ ਦੇਖੋ ਸਾਰਿਆਂ ਦੀਆਂ ਪਲੇਟਾਂ ਵਿਚਾਰੀਆਂ ਪਈਆਂ ਨੇ ਅਸੀਂ ਵਿਹਲੇ ਬੈਠੇ ਔਰ ਜਿਹੜਾ ਤੁਹਾਨੂੰ ਪਹਿਲਾਂ ਉਹ ਦਿਖਾਇਆ ਸੀ ਨਾ ਝਰਨਾ ਉਹਦਾ ਰਸਤਾ ਨਾ ਉਧਰੋਂ ਨਹੀਂ ਹੈਗਾ ਦੂਸਰੀ ਸਾਈਡ ਤੋਂ ਘੁੰਮ ਕੇ ਆ ਚੱਲਦੇ ਹਾਂ ਇੱਥੇ ਵੀ ਕੰਸਟਰਕਸ਼ਨ ਹੋ ਹੀ ਰਹੀ ਆ ਉਹ ਦੇਖੋ ਰਸਤਾ ਮਿਲ ਗਿਆ ਉਹ ਜਗ੍ਹਾ ਆ ਸੀ ਇੱਥੇ ਖੜ ਕੇ ਇੱਥੇ ਕੋਈ ਪੌੜੀ ਹੀ ਨਹੀਂ ਸੀਗੀ ਉੱਤਰ ਨੂੰ ਅਸੀਂ ਉਧਰੋਂ ਦੂਸਰੀ ਸਾਈਡ ਤੋਂ ਘੁੰਮ ਕੇ ਇੱਧਰੋਂ ਆਏ ਹਾਂ ਫਿਰ ਪਹਾੜ ਟੁੱਟੇ ਪਏ ਨੇ ਜੜ੍ਹਾਂ ਨਿਕਲੇ ਪਈਆਂ ਨੇ ਦਰਖਤ ਦੀਆਂ ਉਹ ਅਸੀਂ ਝਰਨਾ ਦੇਖੋ ਐਵੇਂ ਲੱਗਦਾ ਜਿਵੇਂ ਨਾ ਹੇਮਕੁੰਟ ਸਾਹਿਬ ਦੀ ਚੜ੍ਹਾਈ ਚੜ੍ਹੀ ਹੁੰਦੇ ਆ ਉਹ ਉੱਥੋਂ ਥੱਲੇ ਉੱਤਰ ਕੇ ਆਏ ਆ ਅਸੀਂ ਜਿੱਥੇ ਝਰਨੇ ਤੇ ਗਏ ਸੀ ਨਾ ਉੱਪਰ ਉੱਥੇ ਆ ਨਾਲ ਸਾਡੇ ਆ ਡੌਗੀ ਆ ਗਿਆ ਇੱਕ ਪਹਾੜਾਂ 'ਚ ਇਹੋ ਜਿਹੇ ਸਾਥੀ ਵੀ ਮਿਲਣੇ ਚਾਹੀਦੇ ਨੇ ਟਾਮੀ ਚਲੋ 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 ਕਿੰਨਾ ਬੜਾ ਦੇਖੋ ਇਹਨੂੰ ਕੀ ਕਹਿੰਦੇ ਕੋਲ ਕਿਲਾ ਸਿੰਘ ਸਭਾ ਗੁਰਦੁਆਰਾ ਸਾਹਿਬ ਸ਼ਿਮਲਾ ਕਾਫੀ ਵੱਡਾ ਨਾ ਪਹੁੰਚ ਚੁੱਕੇ ਆ ਸ਼ਿਮਲਾ ਇੱਥੇ ਇੰਨੀ ਕੁ ਜ਼ਿਆਦਾ ਠੰਡ ਆ ਨਾ ਹੱਥ ਬਿਲਕੁਲ ਸੁੰਨ ਹੋ ਗਿਆ ਆਉਂਦੇ ਹੀ ਆ ਕੀ ਅੱਛਾ ਪਤੰਗਾ ਆ ਹੈਗੀ ਪਾਰਕਿੰਗ ਅਸੀਂ ਗੱਡੀ ਉੱਧਰ ਬੈਕ ਸਾਈਡ ਦੇ ਪਿੱਛੇ ਲਾ ਦਿੱਤੀ ਆ ਤੁਹਾਨੂੰ ਸ਼ਿਮਲੇ ਦਾ ਵਿਊ ਦਿਖਾਉਂਦੀ ਹਾਂ ਦੇਖੋ ਬਿਲਕੁਲ ਮੇਰੇ ਸਾਹਮਣੇ ਕਿੰਨੇ ਸੋਹਣੇ ਸੀਨ ਨੇ ਦਿਸ ਇਜ਼ ਕਾਲਡ ਸ਼ਿਮਲਾ ਇੱਥੇ ਦੇ ਚਰਚ ਜਿਹਨੂੰ ਕਹਿੰਦੇ ਨੇ ਮਾਲ ਰੋਡ ਆ ਇੱਥੇ ਹੈਗੀ ਮਸਜਿਦ ਬਣੀ ਹੋਈ ਆ ਉਹ ਇੰਡੀਆ ਦਾ ਝੰਡਾ ਇੱਧਰਲੇ ਸਾਈਡ 'ਤੇ ਜਾ ਕੇ ਨਾ ਗੁਰਦੁਆਰਾ ਸਾਹਿਬ ਵੀ ਆ ਸ਼ਾਇਦ ਦਿਖਦਾ ਹੋਊਗਾ ਉਹ ਸੀ ਗੁਰਦੁਆਰਾ ਸਾਹਿਬ ਅਸੀਂ ਉੱਧਰੋਂ ਹੀ ਆਏ ਹਾਂ ਵੈਸੇ ਉੱਧਰ ਜਾਵਾਂਗੇ ਅਸੀਂ ਮੱਥਾ ਟੇਕ ਕੇ ਆਵਾਂਗੇ ਗੁਰਦੁਆਰਾ ਸਾਹਿਬ ਦੇਖੋ ਕਿੰਨਾ ਗਹਿਰਾ ਮਤਲਬ ਅਸੀਂ ਡਰ ਲੱਗਣ ਲੱਗ ਜਾਂਦਾ ਉੱਪਰੋਂ ਸਿਰਫ ਵੀਡੀਓ ਬਣਾਉਣ ਲਈ ਮੈਂ ਇੱਥੇ ਖੜੀ ਹਾਂ ਮੈਨੂੰ ਉਚਾਈ ਤੋਂ ਬਹੁਤ ਡਰ ਲੱਗਦਾ ਅਸੀਂ ਇੱਥੋਂ ਲਿਫਟ ਲੈਣ ਲੱਗਿਆ ਲਿਫਟ ਤੋਂ ਫਿਰ ਉੱਪਰ ਜਾਵਾਂਗੇ ਦੇਖਦੇ ਹਾਂ ਕਿ ਰੂਮ ਵਗੈਰਾ ਚੈੱਕ ਕਰਦੇ ਹਾਂ
ਅਸੀਂ ਲਿਫਟ ਚੋਂ ਬਾਹਰ ਵੀ ਆ ਗਏ ਸਾਨੂੰ 2 ਮਿੰਟ ਲੱਗੇ ਮਸਾਈ ਉਹ ਲਿਫਟ ਦਾ ਉੱਪਰ ਨੂੰ ਜਾਂਦੀ ਹੈ ਜਦੋਂ ਅੰਦਰ ਜਾਂਦੇ ਉਹਦੇ ਦੂਸਰੀ ਸਾਈਡ ਤੋਂ ਜਾਂਦੇ ਆ ਜਦੋਂ ਬਾਹਰ ਆਉਂਦੇ ਆ ਤਾਂ ਦੂਸਰੇ ਪਾਸੇ ਖੁੱਲਦੀ ਆ ਉੱਥੇ ਸਾਰੇ ਹੱਸਣ ਲੱਗ ਗਏ ਅਸੀਂ ਮਾਲ ਰੋਡ ਘੁੰਮ ਰਹੇ ਹਾਂ ਇੱਥੇ ਇੱਕ ਚੀਜ਼ ਦਿਖਾਵਾਂ ਤੁਹਾਨੂੰ ਬਰਫ਼ ਦੀ ਬੇਇੱਜ਼ਤੀ ਹੋਈ ਹੋਈ ਆ ਇੰਨੀ ਮਿੱਟੀ ਨਾਲ ਭਰੀ ਪਈ ਆ ਢੇਰ ਲੱਗਿਆ ਪਿਆ